ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਨਵੀਆਂ ਕਲਮਾਂ ਨਵੀਂ ਉਡਾਨ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਸੰਗਰੂਰ ਵਿਖੇ 16 ਅਤੇ 17 ਨਵੰਬਰ ਨੂੰ ਪੰਜਾਬ ਭਵਨ ਸਰੀ ਕੈਨੇਡਾ ਸੁੱਖੀ ਬਾਠ ਵੱਲੋਂ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਵਿਦੇਸ਼ੀ ਧਰਤੀ ਤੋਂ ਇੰਗਲੈਂਡ, ਇਟਲੀ, ਕੈਨੇਡਾ, ਆਸਟ੍ਰੇਲੀਆ ਅਤੇ ਲਾਹੌਰ ਦੇ ਵਿਦਿਆਰਥੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਪੰਜਾਬੀ ਮਾਤ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਲਈ ਹੁਣ ਤੱਕ 3,500 ਰਚਨਾਵਾਂ ਵਿਦਿਆਰਥੀਆਂ ਦੀਆਂ ਛਪ ਚੁੱਕੀਆਂ ਹਨ। 2 ਰੋਜ਼ਾ ਪ੍ਰੋਗਰਾਮ ਵਿੱਚ ਸ਼੍ਰੋਮਣੀ ਬਾਲ ਲੇਖਕ ਐਵਾਰਡ ਵੀ ਦਿੱਤਾ ਜਾਵੇਗਾ। ਵਧੀਆ ਉਪਰਾਲਾ ਸੁੱਖੀ ਬਾਠ ਜੀ ਦਾ ਕੈਨੇਡਾ ਤੋਂ ਨੇ ਉਹ, ਅਤੇ ਛੋਟੀਆਂ ਕਰੁੰਬਲਾਂ ਜਿਹੜੀਆਂ ਫੁੱਟਦੀਆਂ ਨੇ ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਦੀ ਸਾਹਿਤਕ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਹਨਾਂ ਨੂੰ ਕਿਵੇਂ ਬਾਹਰ ਕੱਢਣਾ, ਇਹ ਬਹੁਤ ਅੱਛਾ ਉਪਰਾਲਾ ਹੈਗਾ। ਇੱਕ ਅੱਜ ਪ੍ਰਾਸਪੈਕਟ ਜਾਰੀ ਕੀਤਾ ਹੈ ਜਿਹਦੇ ਵਿੱਚ ਜਿਹੜੇ ਸਟੂਡੈਂਟ ਵਿਦਿਆਰਥੀ ਨੇ ਵੱਖ ਵੱਖ ਪੱਧਰ ਦੇ ਵਿਦਿਆਰਥੀ ਹੈ ਜਿਹੜੇ, ਇੱਕ ਕਿਤਾਬ ਇਹਨਾਂ ਵੱਲੋਂ ਛਾਪੀ ਜਾਂਦੀ ਹੈ ਨਵੀਆਂ ਕਲਮਾਂ ਨਵੀਂ ਉਡਾਨ, ਅਤੇ ਇਹਦੇ ਵਿੱਚ ਮੈਨੂੰ ਤਾਂ ਬੜੀ ਖੁਸ਼ੀ ਹੋਈ ਵੀ 10ਵੀਂ ਦੇ ਵੀ ਨੇ, 8ਵੀਂ ਦੇ ਵੀ ਬੱਚੇ ਨੇ, 12ਵੀਂ ਦੇ ਵੀ ਨੇ, ਅਤੇ ਅਲੱਗ ਅਲੱਗ ਰਚਨਾਵਾਂ ਨੇ, ਕਵਿਤਾਵਾਂ ਨੇ, ਕਹਾਣੀਆਂ ਨੇ, ਲੇਖ ਨੇ। ਅਤੇ ਜਦੋਂ ਛੋਟੀ ਉਮਰ 'ਚੋਂ ਬੱਚੇ ਨੂੰ ਜਦੋਂ ਮਿਲਦਾ ਹੌਸਲਾ ਮਿਲਦਾ ਤਾਂ ਫਿਰ ਉਹ ਅੱਗੇ ਜਾ ਕੇ ਬਹੁਤ ਵੱਡੇ ਲੇਖਕ ਬਣਦੇ ਅਤੇ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਗੇ ਅੱਗੇ ਜਾ ਕੇ। ਬਹੁਤ ਹੀ ਅੱਛਾ ਉਪਰਾਲਾ ਹੈ। ਮੈਨੂੰ ਦੱਸਿਆ ਵੀ ਇਹਨਾਂ ਦਾ ਜਿਹੜਾ ਟੀਚਾ ਵੀ ਹੈਗਾ ਵੀ 30 ਕਿਤਾਬਾਂ ਦਾ ਇਹਨਾਂ ਦੀਆਂ ਛਾਪ ਚੁੱਕੀਆਂ, ਵੀ 100 ਦੇ ਕਰੀਬ ਕਿਤਾਬ ਜਿਹੜੀ ਛਾਪੀ ਜਾਣੀ ਹੈ। ਵੱਖ ਵੱਖ ਬੱਚੇ ਜਿਹੜੇ ਸਕੂਲਾਂ 'ਚ ਹੈਗੇ ਆ ਉਹਨਾਂ ਦੀਆਂ ਰਚਨਾਵਾਂ ਪਹਿਲਾਂ ਉਹਨਾਂ ਦੇ ਜਿਹੜੇ ਅਧਿਆਪਕ ਨੇ ਉਹ ਉਹਨਾਂ ਨੂੰ ਸੋਧ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਂਦਾ। ਜਦੋਂ ਬੱਚੇ ਦੀ ਆਪਣੀ ਰਚਨਾ ਕਿਸੇ ਕਿਤਾਬ ਦੇ ਵਿੱਚ ਛਪਦੀ ਆ ਉਹ ਵੀ ਇਹ ਹੈ ਵੀ ਕਿਸੇ ਦੇ ਉਪਰਾਲੇ ਨਾਲ ਉਹਨਾਂ ਦੇ ਪੈਸੇ ਵੀ ਨਹੀਂ ਲੱਗਦੇ ਤਾਂ ਬੱਚੇ ਦਾ ਜਿਹੜਾ ਹੌਸਲਾ ਵੈਸੇ ਹੀ ਵੱਧ ਜਾਂਦਾ ਹੈਗਾ ਜੀ। ਅਤੇ ਮੈਂ ਧੰਨਵਾਦੀ ਹਾਂ ਇਹਨਾਂ ਦਾ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ, ਕਿਉਂਕਿ ਮੈਂ ਪੰਜਾਬੀ ਦਾ ਵਿਦਿਆਰਥੀ ਰਿਹਾ ਅਤੇ ਮੈਨੂੰ ਪੰਜਾਬੀ ਨਾਲ ਬਹੁਤ ਲਗਾਵ ਹੈਗਾ। ਅਤੇ ਮੈਨੂੰ ਖੁਸ਼ੀ ਹੋਈ ਵੀ ਆ ਪ੍ਰਾਸਪੈਕਟ ਰਿਲੀਜ਼ ਕਰਕੇ ਅੱਜ ਜਿਹੜਾ ਹੈਗਾ ਟੈਸਟ ਜਿਹੜਾ ਹੈਗਾ 16-17 ਨਵੰਬਰ ਨੂੰ ਹੋਣਾ, ਮਸਤੂਆਣਾ ਵਿਖੇ ਹੋਣਾ ਹੈਗਾ। ਬੱਚਿਆਂ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਹ ਬਾਹਰ ਆਉਣਗੀਆਂ ਜੀ, ਅਤੇ ਇਨਾਮ ਇਹਨਾਂ ਅਵਾਰਡ ਵੀ ਦੇ ਦਿੱਤਾ ਜਾਊਗਾ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਉਣਗੇ। ਐੱਨ ਆਰ ਆਈ ਤਾਂ ਕਰ ਹੀ ਰਹੇ ਨੇ, ਸਾਡੇ ਜਿਹੜੇ ਪੰਜਾਬ ਦੇ ਇੱਥੇ ਮੂਲ ਵਸਿੰਦੇ ਨੇ ਉਹ ਵੀ ਕਰਨਾ ਜੀ, ਅਤੇ ਉਹਨਾਂ ਨੂੰ ਵੀ ਮੈਂ ਤਾਂ ਅਪੀਲ ਕਰੂੰਗਾ, ਇਕੱਲੇ ਐੱਨ ਆਰ ਆਈ ਨਹੀਂ ਬਾਕੀ ਸਾਰੇ ਅਸੀਂ ਪੰਜਾਬੀ ਨੂੰ ਜਿਹੜਾ ਹੈਗਾ ਹੰਭਲਾ ਮਾਰ ਕੇ ਉੱਪਰ ਲੈ ਕੇ ਆਈ। ਸਾਡੀ ਮਾਂ ਬੋਲੀ ਹੈ, ਜਿਹਦੀ ਮਾਂ ਬੋਲੀ ਜਿਉਂਦੀ ਰਹਿੰਦੀ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਸਰ। ਇੱਕ ਡਿਊਟੀ ਤਾਂ ਸਾਰੇ ਹੀ ਕਰਦੇ ਨੇ ਪਰ ਡਿਊਟੀ ਦੇ ਨਾਲ ਨਾਲ ਅਲੱਗ ਤੌਰ 'ਤੇ ਗਤੀਵਿਧੀਆਂ ਕਰਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਪਰਿਵਾਰ ਜਿਹੜਾ ਹੈ ਉਹਨੂੰ ਪਰਿਵਾਰ ਵੀ ਸਾਹਮਣਾ ਹੁੰਦਾ, ਡਿਊਟੀ ਵੀ ਕਰਨੀ ਹੁੰਦੀ, ਲੇਕਿਨ ਇਹੋ ਜਿਹੀ ਗਤੀਵਿਧੀਆਂ ਜਿਹੜੇ ਅਧਿਆਪਕ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦੀ ਹਾਂ, ਅਤੇ ਅਪੀਲ ਵੀ ਕਰੂੰਗਾ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਜੁੜੇ ਰਹਿਣ। ਸਾਡੇ ਵੱਲੋਂ, ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਹੋਊਗਾ, ਅਸੀਂ ਹਰ ਵੇਲੇ ਹਾਜ਼ਰ। ਸੁੱਖੀ ਬਾਠ ਜੀ ਉਹਨਾਂ ਵੱਲੋਂ ਪਹਿਲਾਂ ਵੀ ਸਮਾਜ ਦੇ ਵੱਖ ਵੱਖ ਹੋਰ ਹਿੱਸਿਆਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਸਮਾਜ ਸੇਵਾ ਦਾ, ਪਰ ਪੰਜਾਬੀ ਮਾਤ ਭਾਸ਼ਾ ਲਈ ਇਹ ਪਿਛਲੇ ਕੁਝ ਜਿਹੜਾ ਸਾਲਾਂ ਤੋਂ ਉਹਨਾਂ ਨੇ ਲਗਾਤਾਰ ਜਿਹੜੇ ਯਤਨ ਨੇ, ਪਿਛਲੇ 2023 ਤੋਂ ਜਿਹੜਾ ਇੱਕ ਨਵਾਂ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿ ਬੱਚੇ ਜੋ ਲਿਖ ਰਹੇ ਨੇ, ਜਿਨ੍ਹਾਂ ਦੇ ਅੰਦਰ ਟੇਲੈਂਟ ਹੈ, ਜਿਨ੍ਹਾਂ ਅੰਦਰ ਯੋਗਤਾ, ਉਹਨਾਂ ਦੀ ਯੋਗਤਾ ਨੂੰ ਸੁਧਾਰਨ ਦੇ ਲਈ, ਉਹਨਾਂ ਨੂੰ ਮੌਕਾ ਦੇਣ ਦੇ ਲਈ ਜਿਹੜਾ ਉਹਨਾਂ ਦੀਆਂ ਰਚਨਾਵਾਂ ਲਿਖ ਕੇ ਉਹਨਾਂ ਦੇ ਗਾਈਡ ਟੀਚਰ ਵੱਲੋਂ ਸੁਧਾਰ ਕੇ ਉਹਨਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਸੰਪਾਦਨ ਕਰਨ ਦਾ ਜਿਹੜਾ ਉਪਰਾਲਾ, ਬਹੁਤ ਪ੍ਰਸ਼ੰਸਾਯੋਗ ਅਤੇ ਵੱਡਾ ਉਪਰਾਲਾ ਸੁੱਖੀ ਬਾਠ ਉਹਨਾਂ ਵੱਲੋਂ ਕੀਤਾ ਗਿਆ। ਸਰ ਹਾਂਜੀ, ਬਹੁਤ ਬਹੁਤ ਧੰਨਵਾਦ ਹੈ ਜੀ SDM ਸਾਹਿਬ ਦਾ
ਜਿਨ੍ਹਾਂ ਨੇ ਸਾਡਾ ਇਹ ਬੱਚਿਆਂ ਵਾਸਤੇ ਜੋ ਸੋਚਿਆ ਬਾਠ ਸਾਹਿਬ ਦਾ ਉਪਰਾਲਾ ਜਿਹੜਾ ਨਵੀਆਂ ਕਲਮਾਂ ਨਵੀਂ ਉਡਾਣ ਉਹਦੇ ਨਾਲ ਸੰਬੰਧਿਤ ਜਿਹੜੀ ਦੋ ਰੋਜ਼ਾ ਬਾਲ ਕਾਨਫਰੰਸ ਮਸਤੂਆਣਾ ਸਾਹਿਬ 16 ਤੇ 17 ਨਵੰਬਰ 2024 ਨੂੰ ਹੋ ਰਹੀ ਹੈ ਜੀ, ਉਹਦਾ ਅੱਜ ਪ੍ਰੋਸਪੈਕਟ ਜਿਹੜਾ ਰਿਲੀਜ਼ ਕੀਤਾ SDM ਸਾਹਿਬ ਨੇ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਸਮੂਹ ਸਾਡੇ ਅਧਿਆਪਕ ਭਾਈਚਾਰੇ ਵੱਲੋਂ ਅਤੇ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸੁੱਖੀ ਬਾਠ ਜੀ ਵੱਲੋਂ। ਦੋ ਦਿਨਾਂ ਕਾਨਫਰੰਸ 'ਚ ਕੌਣ ਕੌਣ ਸ਼ਾਮਿਲ ਹੋ? ਦੋ ਰੋਜ਼ਾ ਕਾਨਫਰੰਸ ਦੇ ਵਿੱਚ ਜਿਹੜੇ ਬੱਚੇ ਹੈ ਜੀ ਪਹਿਲਾਂ ਜਿਹੜੇ ਲਿਖਦੇ ਆ ਰਚਨਾਵਾਂ ਉਹਨਾਂ ਦੀਆਂ ਕਿਤਾਬਾਂ ਛਪ ਰਹੀਆਂ ਨੇ ਜ਼ਿਲ੍ਹਿਆਂ ਦੇ ਵਿੱਚ, ਤਕਰੀਬਨ 23 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਇੱਕ ਇੱਕ ਕਿਤਾਬ ਆਪਣੇ ਪਟਿਆਲੇ ਜ਼ਿਲ੍ਹੇ ਤੋਂ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਅੱਜ ਤੋਂ ਲਗਭਗ 9 ਕੁ ਮਹੀਨੇ ਪਹਿਲਾਂ ਇੱਕ ਕਿਤਾਬ ਛਪੀ ਸੀ, ਅਤੇ ਉਸ ਤੋਂ ਬਾਅਦ ਬਾਠ ਸਾਹਿਬ ਨੇ ਜਿਹੜਾ ਐਲਾਨ ਕੀਤਾ ਸੀ ਕਿ ਵੀ ਜਿਹੜੀਆਂ 92 ਕਿਤਾਬਾਂ 23 ਜ਼ਿਲ੍ਹਿਆਂ ਵਿੱਚੋਂ ਹਰ ਇੱਕ ਜ਼ਿਲ੍ਹੇ ਵਿੱਚੋਂ 4-4 ਭਾਗ ਇਸ ਕਿਤਾਬ ਦੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਛਾਪੇ ਜਾਣਗੇ, ਅਤੇ 8 ਕਿਤਾਬਾਂ ਉਹਨਾਂ ਨੇ ਬਾਹਰਲੇ ਦੇਸ਼ਾਂ ਵਾਸਤੇ ਜਾਂ ਆਪਣੀਆਂ ਅਲੱਗ ਸਟੇਟਾਂ ਵਾਸਤੇ ਰੱਖੀਆਂ ਸੀ, ਇਹਦੀਆਂ ਹਰ ਇੱਕ ਕਿਤਾਬ ਦੀਆਂ 500-500 ਕਾਪੀਆਂ ਅਤੇ ਤਕਰੀਬਨ 50,000 ਕਿਤਾਬ ਛਾਪਣ ਦਾ ਜਿਹੜਾ ਟੀਚਾ ਮਿੱਥਿਆ ਸੀਗਾ ਜੀ। ਇਸ ਕਿਤਾਬ ਦਾ ਨਵੀਆਂ ਕਲਮਾਂ ਨਵੀਂ ਉਡਾਣ ਇਹਦਾ ਨਾਂ ਹੀ ਰਹਿਣਾ, ਅੱਗੇ ਅੱਗੇ ਦੇ ਜਿਹੜੇ ਭਾਗ ਬਦਲਦੇ ਜਾਣੇ ਨੇ। ਪਰ ਬੱਚਿਆਂ ਵਾਸਤੇ ਜਿਹੜਾ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਬਾਲ ਸਾਹਿਤ ਵਾਸਤੇ ਐਡਾ ਵੱਡਾ ਉਪਰਾਲਾ ਕਿਸੇ ਨੇ ਇਹਨਾਂ ਦੀ ਬਾਂਹ ਫੜੀ ਹੋਊਗੀ। ਬੱਚਿਆਂ ਦੀਆਂ ਰਚਨਾਵਾਂ ਅਸੀਂ ਅਖਬਾਰ ਦੇ ਵਿੱਚ ਛਾਪਣ ਵਾਸਤੇ ਜਾਂ ਪੰਜਾਬ ਭਵਨ ਜਲੰਧਰ ਇਹਦਾ ਸਬ ਆਫਿਸ ਹੈ ਉੱਥੇ ਭੇਜਦੇ ਰਹਿੰਦੇ ਸੀ, ਉੱਥੋਂ ਦੇਖ ਕੇ ਬਾਠ ਸਾਹਿਬ ਨੇ ਸਾਨੂੰ ਫੇਸਬੁੱਕ ਤੋਂ ਜਿਹੜਾ ਚੈੱਕ ਕਰਕੇ ਸਾਡਾ ਨੰਬਰ ਫੋਨ ਕੀਤਾ ਕਿ ਬੱਚਿਆਂ ਵਾਸਤੇ ਵਧੀਆ ਕੰਮ ਕਰ ਰਹੇ ਹੋ, ਅਤੇ ਉਹਨਾਂ ਨੇ ਸਾਡੀ ਬਾਂਹ ਫੜੀ। ਜਿਹੜਾ ਪੂਰਾ ਖਰਚਾ ਇਸ ਪ੍ਰੋਜੈਕਟ ਵਾਸਤੇ ਉਹ ਸ੍ਰੀ ਸੁੱਖੀ ਬਾਠ ਜੀ ਸੰਸਥਾਪਕ ਨੇ ਪੰਜਾਬ ਭਵਨ ਸਰੀ ਕੈਨੇਡਾ ਦੇ ਉਹ ਕਰ ਰਹੇ ਨੇ ਜੀ ਇਹਦਾ ਖਰਚਾ। ਉਹ ਆਪਣਾ ਜਿਹੜਾ ਇਹ ਪ੍ਰੋਜੈਕਟ ਹੈ ਜੀ, ਮੈਂ ਉਹੀ ਗੱਲ ਦੱਸ ਰਿਹਾ ਸੀਗਾ, ਜਿਵੇਂ ਪੰਜਾਬ ਤੋਂ ਬਾਹਰ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਮਹਾਰਾਸ਼ਟਰ। ਰਾਜਸਥਾਨ ਦੀ ਅਸੀਂ ਕਿਤਾਬ ਛਾਪ ਚੁੱਕੇ ਹਾਂ, ਬਾਕੀ ਜਿਹੜੀ ਹਿਮਾਚਲ ਦੀ ਕਿਤਾਬ ਦਾ ਕੰਮ ਚੱਲ ਰਿਹਾ, ਅਤੇ ਇਸ ਤੋਂ ਅੱਗੇ ਵੀ ਜੇ ਗੱਲ ਕਰੀਏ ਤਾਂ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਇਹ ਪ੍ਰੋਜੈਕਟ ਹੈ ਬਹੁਤ ਵਧੀਆ ਤਰੀਕੇ ਨਾਲ ਪਹੁੰਚਿਆ। ਲਾਹੌਰ ਤੋਂ ਸ਼ਾਹਮੁਖੀ ਦੇ ਵਿੱਚ ਇੱਕ ਕਿਤਾਬ ਛਪ ਗਈ ਜੀ, ਅਤੇ 7 ਜ਼ਿਲ੍ਹੇ ਪਾਕਿਸਤਾਨ ਦੇ ਹੋਰ ਜਿਹੜੀਆਂ ਉੱਥੇ ਟੀਮਾਂ ਬਣ ਗਈਆਂ ਨਵੀਆਂ ਕਲਮਾਂ ਨਵੀਂ ਉਡਾਣ ਦੇ ਨਾਂ 'ਤੇ, 5-5 ਮੈਂਬਰੀ ਅਧਿਆਪਕਾਂ ਦੀਆਂ ਟੀਮਾਂ ਨੇ, ਉੱਥੇ ਵੀ ਕਿਤਾਬ ਦਾ ਕੰਮ ਚੱਲ ਰਿਹਾ। ਇੰਗਲੈਂਡ ਵਿੱਚ, ਇਟਲੀ ਵਿੱਚ, ਕੈਨੇਡਾ ਅਤੇ ਆਸਟ੍ਰੇਲੀਆ, 5 ਕੰਟਰੀ ਟੋਟਲ ਸਾਡੀਆਂ ਜੇ ਅਸੀਂ ਲਾਈਏ ਤਾਂ 37 ਟੀਮਾਂ ਜਿਹੜੀਆਂ ਇਸ ਪ੍ਰੋਜੈਕਟ ਵਿੱਚ 9 ਮਹੀਨੇ ਦੇ ਵਿੱਚ ਕੰਮ ਕਰ ਰਹੀਆਂ। ਪਾਰਟੀਸਪੇਟ ਕਰਨਗੇ ਇੱਥੇ ਆ ਜੀ? ਬਿਲਕੁਲ, ਜੇ ਹਰ ਇੱਕ ਜ਼ਿਲ੍ਹੇ ਵਿੱਚੋਂ ਤਕਰੀਬਨ ਜਿਹੜੇ 10 ਬੱਚੇ, ਜੇ ਕਿਤਾਬ ਦੇ ਵਿੱਚ 100 ਬੱਚਿਆਂ ਦੀਆਂ ਛਪੀਆਂ ਰਚਨਾਵਾਂ ਤਾਂ 10 ਬੱਚੇ ਜਿਹੜੇ ਵਧੀਆ ਲਿਖੀਆਂ ਉਹਨਾਂ ਨੂੰ ਸਿਲੈਕਟ ਕਰਕੇ ਉਹ ਟੀ ਵੀ 'ਤੇ ਜਿਹੜਾ ਪ੍ਰੋਗਰਾਮ ਨਵੀਆਂ ਕਲਮਾਂ ਨਵੇਂ ਉਡਾਣ ਦੇ ਨਾਂ 'ਤੇ ਸ਼ੁਰੂ ਹੋ ਰਿਹਾ। ਉਸ ਤੋਂ ਬਾਅਦ 16-17 ਨਵੰਬਰ ਨੂੰ ਜੀ ਮਸਤੂਆਣਾ ਸਾਹਿਬ ਜਿਹੜੀ ਬਾਲ ਲੇਖਕ ਦੋ ਰੋਜ਼ਾ ਜਿਹੜੀ ਕਾਨਫਰੰਸ ਅੰਤਰਰਾਸ਼ਟਰੀ ਲੈਵਲ ਦੀ ਪਹਿਲੀ ਵਾਰੀ ਹੋਇਆ ਬਾਲ ਸਾਹਿਤ ਦੇ ਵਿੱਚ ਕਿ ਇੱਕ ਬੱਚਿਆਂ ਦੀ ਜਿਹੜੀ ਅੰਤਰਰਾਸ਼ਟਰੀ ਲੈਵਲ ਦੀ ਕਾਨਫਰੰਸ ਹੋ ਰਹੀ ਹੈ, ਇਹਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਵੀ ਬੱਚੇ ਭਾਗ ਲੈ ਰਹੇ ਨੇ, ਅਤੇ ਇੱਕ ਖੁਸ਼ੀ ਦੀ ਗੱਲ ਹੈ ਕਿ ਇਹਦੇ ਵਿੱਚ ਲੈਂਦੇ ਪੰਜਾਬ ਤੋਂ ਬਾਬਾ ਨਜ਼ਮੀ ਜੀ ਜਿਹੜੇ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚ ਰਹੇ ਨੇ, ਅਤੇ ਹੋਰ ਵੀ ਵੱਡੇ ਵੱਡੇ ਲੇਖਕ, ਨਾਮਵਰ ਲੇਖਕ ਜਿਹੜੇ ਉਹ ਤਕਰੀਬਨ ਜਿਹੜੇ ਉੱਥੇ ਜੱਜਮੈਂਟ ਵਾਸਤੇ ਜਾਂ ਵਿਸ਼ੇਸ਼ ਮਹਿਮਾਨ ਹੋਣਗੇ ਜੀ। ਜਿਹੜਾ ਸਟੇਜ 'ਤੇ ਆ ਉਹ ਸਾਰਾ ਕੰਮ 2 ਦਿਨ ਬੱਚੇ ਹੀ ਸਟੇਜ ਸੰਭਾਲਣਗੇ, ਅਤੇ ਬੱਚਿਆਂ ਦੀ ਰਚਨਾਵਾਂ ਉੱਥੇ ਜਿਹੜੀਆਂ ਲਿਖੀਆਂ ਹੋਈਆਂ ਸੁਣੀਆਂ ਜਾਣਗੀਆਂ। ਅਤੇ ਜਿਹੜਾ ਕਿਤਾਬਾਂ ਦਾ ਖਰਚਾ ਜੀ, ਤਕਰੀਬਨ 60 ਲੱਖ ਰੁਪਇਆ ਜਿਹੜਾ ਸੁੱਖੀ ਬਾਠ ਜੀ ਖਰਚ ਰਹੇ ਕਰ ਰਹੇ ਨੇ, ਅਤੇ 40 ਲੱਖ ਰੁਪਇਆ ਕਾਨਫਰੰਸ 'ਤੇ ਜਿਹੜਾ ਖਰਚ ਕਰਨਾ, ਕਰੀਬ 1 ਕਰੋੜ ਰੁਪਇਆ ਬੱਚਿਆਂ ਵਾਸਤੇ ਜਿਹੜੇ NRI ਨੇ ਇਹ ਸੁੱਖੀ ਬਾਠ ਜੀ। ਆਪਣੀ ਕੋਈ ਇਹ ਪਰਚੀ ਨਹੀਂ ਕਿਸੇ ਦੀ ਕੱਟਦੀ, ਆਪਣੇ ਬਿਜ਼ਨਸ ਦੇ ਵਿੱਚੋਂ ਜਿਹੜੇ ਪੈਸੇ ਨੇ ਆਪਣੇ ਘਰ ਤੋਂ ਆਪਣੇ ਪੱਲੇ ਉਹ ਖਰਚ ਰਹੇ ਨੇ ਸਾਰੇ ਬੰਦੇ। Thank you.